ਹਾਂ ਜੀ ਭਾਈ ਜੀ, ਇਹ ਕਸਟਮਰ ਡਰਾਪ ਕੀਤਾ ਇੱਥੇ, ਅਤੇ ਤੁਸੀਂ ਏਰੀਆ ਜ਼ਰਾ ਚੈੱਕ ਕਰੋ। ਰੱਬ ਸੋਹਣੇ ਦੀ ਸ਼ਾਨ, ਰੱਬ ਸੋਹਣੇ ਦੀ ਕੁਦਰਤ, ਇਹ ਵੇਖੋ ਕਿਆ ਬਾਤ ਹੈ, ਬਿਊਟੀਫੁਲ। ਹਾਲੇ ਜਿਸ ਰਾਹ ਤੋਂ ਮੈਂ ਆਇਆ ਨਾ, ਉਹ ਰਾਹ ਅਗਰ ਤੁਸੀਂ ਵੇਖੋ ਨਾ, ਐਸਾ ਸੀਨਿਕ ਵਿਊ ਹੈ, ਲੁੱਕ ਐਟ ਦਿਸ। ਹਾਏ ਹਾਏ, ਮੈਂ ਇੱਥੇ ਇੱਕ ਸੈਕਿੰਡ ਤੁਹਾਨੂੰ ਚੀਜ਼ ਇੱਕ ਵਿਖਾਉਂਦਾ, ਇਹ ਵੇਖੋ ਇਹ ਕਿਸੇ ਦਾ ਘਰ ਬਣੇ ਹੈ ਜਾਂ ਕੀ ਚੀਜ਼ ਹੈ। ਜ਼ੂਮ ਕਰਦਾ ਮੈਂ, ਇਹ ਵੇਖੋ ਬੋਟਾਂ ਵਗੈਰਾ ਮੇਰੇ ਖਿਆਲ ਖਲੋਤੀਆਂ ਨੇ, ਬੋਟਿੰਗ ਵਗੈਰਾ ਅਗਰ ਕਰਨੀ ਹੋਵੇ ਤਾਂ ਉਹਨਾਂ ਦਾ ਕੋਈ ਆਫਿਸ ਵਗੈਰਾ ਹੋਣਾ। ਚੈੱਕ ਕਰੋ, ਬਹੁਤ ਹੀ ਖੂਬਸੂਰਤ ਏਰੀਆ। ਯੂਕੇ ਦੇ ਬੰਦੇ ਇਹ ਓਕਸਨੋਪ ਤੋਂ ਇੱਧਰ BD2 ਵਾਲੇ ਪਾਸੇ ਜਾਣਾ ਹੋਵੇ ਨਾ, ਤਾਂ ਇਹ ਰੋਡ ਆਉਂਦੀ ਹੈ, ਇੱਕ ਸਿੱਧੀ ਐਬਡਨ ਬ੍ਰਿਜ ਚਲੀ ਜਾਂਦੀ ਹੈ, ਅਤੇ ਇੱਕ ਉੱਥੋਂ ਲੈਫਟ ਹੁੰਦੀ ਹੈ ਜਿਹੜੀ ਉਹ ਇੱਧਰ ਆ ਜਾਂਦੀ ਹੈ। ਸਪੈਸ਼ਲੀ ਬ੍ਰੈਡਫੋਰਡ ਦੇ, ਕੀਥਲੀ ਦੇ ਬੰਦੇ ਜਿਹੜੇ ਨਾ, ਜੇ ਅਗਰ ਉਹਨਾਂ ਨੂੰ ਇਸ ਏਰੀਏ ਦਾ ਨਹੀਂ ਪਤਾ, ਤਿੱਥੇ ਜ਼ਰੂਰ ਆਵੋ, ਬਹੁਤ ਹੀ ਖੂਬਸੂਰਤ ਏਰੀਆ ਹੈ। ਇੱਧਰ ਅੱਪਰ ਵਾਲੀ ਸਾਈਡ 'ਤੇ ਪਹਾੜੀਆਂ ਵਗੈਰਾ ਆਏ ਨੇ, ਹਾਈਕਿੰਗ ਕਰਕੇ ਉੱਤੇ ਜਾ ਸਕਦੇ ਹੋ ਤੁਸੀਂ। ਉੱਧਰ ਵੀ ਬੰਦੇ ਖਲੋਤੇ ਨੇ, ਮੈਂ ਤੁਹਾਨੂੰ ਵਿਖਾਉਂਦਾ, ਬੰਦੇ ਪਾਰਕ ਕਰਕੇ ਗੱਡੀਆਂ ਖਲੋਤੇ ਨੇ। ਐ ਵੇਖੋ, ਇਸ ਸਾਈਡ 'ਤੇ ਉੱਪਰ ਪੱਥਰ ਵਗੈਰਾ ਕੱਢਦੇ ਨੇ ਮੇਰੇ ਖਿਆਲੇ। ਮੈਂ ਕੋਸ਼ਿਸ਼ ਕਰਦਾ ਜੇ ਉੱਪਰ ਜਾ ਸਕਿਆ ਤਾਂ, ਗੱਡੀ ਇੱਥੇ ਛੋੜਨਾ ਪਤਾ ਨਹੀਂ ਸੇਫ ਹੈ ਜਾਂ ਨਹੀਂ, ਕਿਉਂਕਿ ਇਹ ਵੇਖੋ ਨਾ ਰਾਹ ਜਿਹੜਾ ਉਹਨਾਂ ਬਣਾਇਆ ਨਾ, ਇਹ ਵਾਲਾ ਰਾਹ ਫਿਲਹਾਲ ਉਹਨੂੰ ਬੰਦ ਕੀਤੇ ਆ ਵੱਡੇ ਵੱਡੇ ਸਟੋਨ ਰੱਖ ਕੇ, ਲੇਕਿਨ ਇਹ ਰਾਹ ਉੱਤੇ ਜਾਂਦਾ। ਵੈਸੇ ਟਰੈਕ ਬਣੇ ਨੇ ਬਾਈ ਵਾਕ, ਅਗਰ ਤੁਸੀਂ ਜਾਣਾ ਨਾ ਤਾਂ ਇਸ ਅੱਪਰ ਵਾਲੀ ਸਾਈਡ 'ਤੇ ਤੁਸੀਂ ਜਾ ਸਕਦੇ ਹੋ। ਇੱਧਰ ਅੱਪਰ ਮੈਂ ਜਿਹੜਾ ਕਸਟਮਰ ਡਰਾਪ ਕੀਤਾ ਨਾ, ਉਹ ਵੀ ਇੱਧਰ ਅੱਪਰ ਫਿਰਨੇ ਟੁਰਨੇ 'ਤੇ ਆਇਆ। ਇਸ ਸਾਈਡ 'ਤੇ ਪਿੱਛੇ ਨਾ ਇਹ ਛੋਟੇ ਛੋਟੇ ਜਿਹੜੇ ਪਹਾੜੀਆਂ ਬਣੀਆਂ ਨੇ, ਇਸ ਤੋਂ ਪਿੱਛੇ ਹੋਰ ਮਜ਼ੀਦ ਵੱਡੀਆਂ ਜਿਹੜੀਆਂ ਨੇ ਨਾ, ਉਹ ਪਹਾੜੀਆਂ ਜਿਹੀਆਂ ਬਣੀਆਂ ਨੇ। ਇਹ ਵੇਖੋ, ਇਹ ਇਹ ਨਜ਼ਰ ਆ ਰਹੇ, ਇਹ ਉਹ ਬਿਜਲੀ ਪੈਦਾ ਕਰਨ ਵਾਲੇ ਪੱਖੇ, ਵੱਡੇ ਵੱਡੇ ਪੱਖੇ ਲੱਗੇ ਨੇ, ਉਹ ਇੱਕ ਚੱਲਣ ਵੀ ਲੱਗੇ ਹੈ। ਉਹ ਵੇਖੋ ਨਜ਼ਰ ਆ ਰਹੇ। ਬਹਰਹਾਲ ਮੈਂ ਵਾਪਸੀ 'ਤੇ ਲਾਉਂਦਾ ਇਸਨੂੰ ਕਾਰ ਹੋਲਡਰ ਵਿੱਚ, ਅਤੇ ਵਾਪਸੀ ਦੇ ਨਜ਼ਾਰੇ ਵੀ ਤੁਹਾਨੂੰ ਕਰਾਉਂਦਾ। ਆਇਓ ਰੱਬਾ ਸੋਹਣਿਆ, ਤੇਰੀਆਂ ਸ਼ਾਨਾਂ। ਉਹ ਵੇਖੋ ਇਹ ਕੋਈ ਬਤਖਾਂ ਨੇ, ਮੁਰਗਾਬੀਆਂ ਨੇ, ਬਗਲੇ ਨੇ, ਕਿਹ ਚੀਜ਼ ਨੇ। ਸਹੀ ਇੰਜੋਏ ਕਰਨ ਵਾਲੀ ਜਗ੍ਹਾ, ਬੱਚਿਆਂ ਨੂੰ ਲੈ ਕੇ ਆਵੋ, ਇੱਥੇ ਛੁੱਟੀਆਂ ਵੀ ਖਤਮ ਹੋਣ ਵਾਲੀਆਂ ਨੇ।
ਅਤੇ ਬੱਚਿਆਂ ਨੂੰ ਇੱਥੇ ਲੈ ਕੇ ਆਵੋ, ਪਿਕਨਿਕ ਪੁਆਇੰਟ ਬੜਾ ਅੱਛਾ ਹੈ। ਅੱਛਾ ਹੁਣ ਮੈਂ ਇਸ ਨੂੰ ਲਾ ਲਿਆ ਮੋਬਾਈਲ ਨੂੰ ਕਾਰ ਹੋਲਡਰ ਨਾਲ, ਵਿਊ ਥੋੜ੍ਹਾ ਜਿਹਾ ਸਹੀ ਨਹੀਂ ਆ ਰਿਹਾ, ਵਿੱਚ ਥੋੜ੍ਹੀ ਗੱਡੀ ਵੀ ਆ ਰਹੀ ਹੈ, ਲੇਕਿਨ ਤੁਸੀਂ ਜ਼ਰਾ ਚੈੱਕ ਕਰੋ। ਥੋੜ੍ਹਾ ਜਿਹਾ ਮੈਂ ਅੱਗੇ ਜਾਂਦਾ ਫਿਰ ਮੈਂ ਵਾਪਸ ਮੁੜ ਕੇ ਜਾਣਾ, ਫਿਲਹਾਲ ਮੈਂ ਇੱਧਰੋਂ ਕੋਈ ਨਜ਼ਾਰਾ ਵੇਖਦੇ ਹਾਂ ਥੋੜ੍ਹੇ ਅੱਗੇ ਜਾ ਕੇ। ਬੱਬਲ ਹੋ ਰਿਹਾ ਹੋਣਾ ਥੋੜ੍ਹਾ ਮੋਬਾਈਲ, ਅਤੇ ਵੀਡੀਓ ਹੋ ਸਕਦਾ ਥੋੜ੍ਹੀ ਜਿਹੀ ਸਹੀ ਨਾ ਹੀ ਆਵੇ, ਲੇਕਿਨ ਮਾਇੰਡ ਨਾ ਕਰੇ ਪਲੀਜ਼। ਕਿਆ ਬਾਤ ਹੈ, ਥੋੜ੍ਹਾ ਜਿਹਾ ਅੱਗੇ ਚੱਲਦੇ ਹਾਂ, ਇਤਨੇ ਜ਼ਿਆਦਾ ਨਹੀਂ ਜਾਂਦੇ, ਵਾਪਸ ਫਿਰ ਮੁੜਦੇ ਹਾਂ। ਉਹ ਵੇਖੋ ਇਹ ਵੇਖੇ ਨੇ, ਐਡੇ ਵੱਡੇ ਵੱਡੇ ਪੱਖੇ ਲੱਗੇ ਨਾ, ਇਹ ਬਿਜਲੀ ਬਣਦੀ ਹੈ ਇਹਨਾਂ ਨਾਲ, ਇੱਧਰ ਕਾਫੀ ਜ਼ਿਆਦਾ ਲੱਗੇ ਨੇ। ਪਿੱਛੇ ਵੀ ਗੱਡੀਆਂ ਆ ਰਹੀਆਂ ਨੇ, ਤੇ ਮੈਂ ਮੇਰੇ ਖਿਆਲ ਵਾਪਸ ਮੋੜ ਲਵਾਂ ਇਸ ਨੂੰ, ਇੱਥੋਂ ਕਿਰੋ ਨਾ ਸਾਈਡ ਦੇ ਖਿਲਾ ਕੇ ਤੇ ਵਾਪਸ ਮੋੜਦੇ ਆ, ਜਿੱਥੇ ਕਿਰੇ ਮੈਂ ਇੱਥੇ ਮੇਰੇ ਖਿਆਲ ਕਿਰੇ ਸਾਈਡ ਤੇ ਕਾਰ ਲੱਗ ਗਈ, ਇੱਥੇ ਸਾਈਡ ਤੇ ਕਰਦੇ ਆ, ਇਹਨਾਂ ਨੂੰ ਜਾਣ ਦਿਓ, ਇੱਥੋਂ ਗੱਡੀ ਵਾਪਸ ਕਰਦੇ ਆ। ਮੈਂ ਤੁਹਾਨੂੰ ਵਿਖਾਉਂਦਾ ਇਸ ਸਾਈਡ ਦੇ ਜਿਹੜਾ ਪਾਣੀ ਹੈ ਰਿਜ਼ਰਵਾ, ਇਹ ਵੇਖੋ ਆਏ ਹਾਏ ਹਾਏ, ਪਤਾ ਨਹੀਂ ਕੈਮਰਾ ਤੁਹਾਨੂੰ ਕਿਸ ਤਰ੍ਹਾਂ ਵਿਖਾ ਰਿਹਾ, ਲੇਕਿਨ ਅਗਰ ਤੁਸੀਂ ਇੱਥੇ ਆਵੋ ਨਾ ਤਾਂ ਮਜ਼ਾ ਆ ਜਾਣਾ, ਇੱਥੋਂ ਜਾਂਦੇ ਜਾਣੇ ਤਾਂ ਦਿਲ ਨਹੀਂ ਕਰਦਾ ਵਾਪਸ। ਇਹ ਚੈੱਕ ਕਰੋ ਇੱਥੋਂ ਅੱਗੂ ਵੇਖ ਕੇ ਕਿਉਂ ਗੱਡੀ ਮੋੜਦੇ ਹਾਂ, ਜਗ੍ਹਾ ਕੋਈ ਮਿਲ ਗਈ ਤੇ ਇੱਥੋਂ ਮੋੜ ਲੈਂਦੇ ਹਾਂ, ਇੱਥੋਂ ਗੱਡੀ ਮੋੜ ਲੈਂਦੇ ਹਾਂ, ਥੋੜ੍ਹੀ ਜਿਹੀ ਜਗ੍ਹਾ ਹੈ ਵੇ। ਡੇਂਜਰਸ ਹੈ ਅੱਗੂ, ਥੋੜ੍ਹੀ ਜਿਹੀ ਅੱਗੇ ਗਈ ਨਾ ਤਾਂ ਸਿੱਧੇ ਪਾਣੀ ਵਿੱਚ, ਗੋਤੇ ਗੋਤਿਆਂ ਤੇ ਗੋਤੇ। ਹਰ ਜਗ੍ਹਾ ਤੂੰ ਇੱਥੋਂ ਤੁਸੀਂ ਗੱਡੀ ਨਹੀਂ ਮੋੜ ਸਕਦੇ, ਜਿੱਥੇ ਥੋੜ੍ਹੀ ਜਿਹੀ ਕੋਈ ਐਕਸਟਰਾ ਸਪੇਸ ਹੋਵੇ ਕੋਸ਼ਿਸ਼ ਕਰੋ ਉੱਥੋਂ ਗੱਡੀ ਵਾਪਸ ਕਰੋ, ਜਾਂ ਟਰਨ ਅਰਾਊਂਡ ਕਰਨੀ ਹੈ ਨਾ, ਅਤੇ ਕਿਉਂਕਿ ਇਹ ਰੋਡ ਨੈਰੋ ਹੈ, ਕੰਟਰੀ ਸਾਈਡ ਹੈ ਨਾ, ਇਤਨੀ ਵਾਈਡ ਰੋਡ ਨਹੀਂ ਹੈ ਯਾਰ, ਸਾਈਕਲਿਸਟ ਆ ਰਹੇ ਨੇ, ਇਹ ਵੇਖੋ ਮੌਜਾਂ ਕਰ ਗਈ ਹੈ ਦੁਨੀਆ, ਇਹ ਵੇਖੋ ਦੁਨੀਆ ਮੌਜਾਂ ਕਰ ਗਈ ਹੈ, ਅਸੀਂ ਇੱਥੇ ਧਿੱਕੇ ਖਾਣ ਲੱਗੇ ਹਾਂ। ਉਹ ਉੱਤੇ ਵੇਖੋ ਉਸ ਪਹਾੜੀ 'ਤੇ ਤੁਹਾਨੂੰ ਮਿੱਟੀ ਜੀ ਨਜ਼ਰ ਆ ਰਹੀ ਹੋਣੀ, ਇੱਥੋਂ ਮੇਰੇ ਖਿਆਲ ਪੱਥਰ ਵਗੈਰਾ ਕੱਢਦੇ ਨੇ, ਮੈਂ ਸ਼ੋਰ ਨਾ ਸਹੀ, ਮੈਂ ਜ਼ੂਮ ਕਰਕੇ ਤੁਹਾਨੂੰ ਵਿਖਾਉਂਦਾ। ਉਹ ਵੇਖੇ ਗੱਡੀ ਵੀ ਆ ਗਈ ਹੈ, ਇਹ ਵੇਖੇ ਇੱਥੋਂ ਇਹ ਕਰਨ ਲੱਗੇ ਨੇ, ਪੱਥਰ ਜੇ ਕੱਢਣ ਲੱਗੇ ਨੇ ਕੋਈ, ਅਤੇ ਕਿਸੇ ਦਿਨ ਟਾਈਮ ਕੱਢ ਕੇ ਆਵਾਂਗੇ, ਹੁਣ ਤਾਂ ਕੰਮ 'ਤੇ ਹਾਂ, ਕਿਸੇ ਦਿਨ ਟਾਈਮ ਕੱਢ ਕੇ ਆਵਾਂਗੇ ਅਤੇ ਫਿਰ ਸਾਰੀ ਵੀਡੀਓ ਬਣਾਵਾਂਗੇ ਇਨਸ਼ਾਅੱਲਾ, ਉੱਥੇ ਉੱਪਰ ਜਾ ਕੇ ਵੀ ਪਹਾੜੀ 'ਤੇ। ਫਿਲਹਾਲ ਤੁਸੀਂ ਨਜ਼ਾਰੇ ਵਾਲੇ ਵੇਖੋ,
ਮੈਨੂੰ ਹੁਣ ਥੋੜ੍ਹਾ ਡਰ ਇਹ ਹੈ ਕਿ ਇਹ ਜਿਹੜਾ ਹੋਲਡਰ ਹੈ ਨਾ, ਕਾਰ ਹੋਲਡਰ, ਫੋਨ ਹੋਲਡਰ, ਇਹ ਵੱਬਲ ਬੜਾ ਕਰ ਰਿਹਾ ਕਿਉਂਕਿ ਬੰਪੀ ਰੋਡ ਹੈ ਅਤੇ ਪਤਾ ਨਹੀਂ ਵੀਡੀਓ ਹੁਣ ਸਹੀ ਬਣੇਗੀ ਜਾਂ ਨਹੀਂ ਬਣੇਗੀ। ਇੱਥੇ ਆਵੋ, ਇੱਥੇ ਆਣ ਕੇ ਗੱਡੀਆਂ ਪਾਰਕ ਕਰੋ ਆਰਾਮ ਸਕੂਨ ਨਾਲ, ਅਤੇ ਨਾਲ ਲੈ ਆਵੋ ਚੇਅਰਾਂ ਨਹੀਂ ਹੁੰਦੀਆਂ ਜਿਹੜੀਆਂ ਤੋਂ ਅਸੀਂ ਸੀ ਸਾਈਡ 'ਤੇ ਲੈ ਕੇ ਜਾਂਦੇ ਹੋ, ਉਸ ਟਾਈਪ ਦੀਆਂ ਚੇਅਰਾਂ ਨਾਲ ਲੈ ਆਵੋ ਹਲਕੀਆਂ ਫੁਲਕੀਆਂ। ਨਾਲ ਘਰੂ ਕੋਈ ਪਰਾਂਠੇ ਵਗੈਰਾ ਬਣਾਓ, ਚਾਹ ਦੀ ਇੱਕ ਥਰਮਾਸ ਭਰ ਕੇ ਲੈ ਆਵੋ, ਪਕੌੜੇ ਛੋੜੇ ਬਣਾ ਲਓ ਅਤੇ ਆਣ ਕੇ ਇੱਥੇ ਬਹੋ ਦੋ ਤਿੰਨ ਘੰਟੇ ਇੰਜੋਏ ਕਰੋ। ਕੰਮ ਨਹੀਂ ਮੁੱਕਦੇ ਜ਼ਿੰਦਗੀ 'ਚ, ਸਾਰੀ ਜ਼ਿੰਦਗੀ ਜਿਤਨਾ ਤੱਕ ਬੰਦਾ ਜਿਉਂਦਾ ਹੈ ਨਾ ਕੰਮ ਹੀ ਕਰਦਾ ਰਹਿੰਦਾ, ਅਤੇ ਥੋੜ੍ਹਾ ਜਿਹਾ ਜਿਹੜਾ ਨਾ ਲਾਈਫ ਨੂੰ ਇੰਜੋਏ ਵੀ ਕਰਨਾ ਚਾਹੀਦਾ। ਇਹ ਵੇਖੋ ਇੱਕ ਮਿੰਟ, ਇਸ ਸਾਈਡ ਦੇ ਪਿੱਛੇ ਕੋਈ ਗੱਡੀ ਤਾਂ ਨਹੀਂ ਆ ਰਹੀ, ਮੈਂ ਤੁਹਾਨੂੰ ਵਿਖਾਉਂਦਾ। ਇਹ ਕੋਈ ਪੱਥਰ ਜੇ ਨਿਕਲੇ ਨੇ, ਇਹ ਵੇਖੋ, ਇਹ ਵੇਖੇ, ਇਹ ਚੈੱਕ ਕਰੋ, ਇਹ ਉੱਪਰ ਪਹਾੜੀ ਹੈ ਪੂਰੀ ਉੱਪਰ। ਹੁਣ ਕੀ ਸਿਸਟਮ ਹੈ ਉਹ ਨੈਕਸਟ ਇਨਸ਼ਾਅੱਲਾ ਆਵਾਂਗੇ ਨਾ ਅਤੇ ਫਿਰ ਮੈਂ ਇਸ ਨੂੰ ਐਕਸਪਲੋਰ ਕਰਾਂਗਾ ਇਨਸ਼ਾਅੱਲਾ ਜ਼ਿੰਦਗੀ ਰਹੀ ਤੇ। ਬਹਰਹਾਲ ਤੁਸੀਂ ਚੈੱਕ ਕਰੋ ਮਾਹੌਲ ਹੈ ਕਿ ਨਹੀਂ ਹੈ, ਮਾਹੌਲ ਹੈ ਆਰਾਮ ਸਕੂਨ ਨਾਲ। ਰੋਡ ਵੀ ਇਤਨੀ ਮਾੜੀ ਨਹੀਂ ਹੈ, ਥੋੜ੍ਹੀ ਕੁਝ ਜਗ੍ਹਾ ਜਿਹੜੀਆਂ ਹੈ ਨਾ ਉੱਥੇ ਥੋੜ੍ਹੀ ਜਿਹੀ ਰੋਡ ਮਾੜੀ ਹੈ, ਅਦਰਵਾਈਜ਼ ਓਵਰਆਲ ਜਿਹੜੀ ਹੈ ਨਾ ਉਹ ਰੋਡ ਵੀ ਠੀਕ ਹੈ। ਇਹ ਸਿੰਗਲ ਰੋਡ ਲੇਕਿਨ ਸਰਫਸ ਜਿਹੜਾ ਰੋਡ ਦਾ ਉਹ ਠੀਕ ਹੈ। ਉਹ ਪਾਰ ਸਾਹਮਣੇ ਕਿਸੇ ਖੁਡਲਾ ਜਿਹਾ ਬਣਾਇਆ, ਪਤਾ ਨਹੀਂ ਕੀ ਚੀਜ਼ ਹੈ। ਇਹ ਵੇਖੋ ਉੱਥੇ ਖਿਲਾ ਕੇ ਵੇਖਦੇ ਹਾਂ ਵੀ ਇਹ ਕੀ ਚੀਜ਼ ਹੈ, ਨਜ਼ਰ ਆ ਰਿਹਾ ਖੁਡਲਾ? ਜ਼ੂਮ ਕਰੋ, ਇੱਕ ਮਿੰਟ ਜ਼ੂਮ ਕਰਦਾ। ਉਹ ਵੇਖੋ ਉਹ ਨਜ਼ਰ ਆਇਆ, ਇਹ ਚੈੱਕ ਕਰੋ, ਜਾਣ ਦਿਓ ਸੁਣ ਅੱਗੇ। ਇਹ ਸਾਰਾ ਏਰੀਆ ਹੀ ਜਿਹੜਾ ਨਾ ਬਹੁਤ ਹੀ ਖੂਬਸੂਰਤ ਏਰੀਆ, ਜਿਹੜਾ ਬਿਊਟੀਫੁਲ ਕੰਟਰੀ ਸਾਈਡ ਹੈ, ਸੀਨਿਕ ਵਿਊ ਨੇ, ਜਿੱਧਰ ਜਾਓਗੇ ਨਾ ਤੁਹਾਨੂੰ ਮਜ਼ਾ ਆ ਜਾਏਗਾ। ਪਹਾੜੀ ਵਿਖਾਉਂ ਤੁਹਾਨੂੰ ਪਹਾੜੀ, ਇੱਕ ਮਿੰਟ, ਜਿਸ ਪਹਾੜੀ ਦੀ ਮੈਂ ਗੱਲ ਕਰ ਰਿਹਾ ਸਾਂ ਨਾ ਇਸ ਸਾਈਡ ਤੋਂ ਸਹੀ ਨਜ਼ਰ ਆਉਣੀ ਹੈ, ਇੱਕ ਸੈਕਿੰਡ ਠਹਿਰੋ। ਉਹ ਵੇਖੋ ਇਹ ਪਹਾੜੀ ਹੈ, ਚਲੋ ਹੁਣ ਅੱਗੇ ਚੱਲਦੇ ਹਾਂ। ਪਹਾੜੀ ਤਾਂ ਤੁਸੀਂ ਵੇਖ ਲਈ ਹੈ, ਗੱਡੀ ਚਲਾਉਣੀ ਬੜੀ ਇਤਿਆਤ ਨਾਲੇ ਕਿਉਂਕਿ ਸਿੰਗਲ ਰੋਡ ਹੈ ਅਤੇ ਬੈਂਡ ਵੀ ਹੈ ਨੇ, ਅਤੇ ਅਗਰ ਸਾਹਮਣੇ ਕੋਈ ਗੱਡੀ ਆ ਗਈ ਨਾ ਤਾਂ ਫਿਰ ਮਸਲਾ ਬਣ ਸਕਦਾ। ਵੇਖੇ ਇਸ ਵਜ੍ਹਾ ਤੂੰ ਸਪੀਡ ਨਹੀਂ ਮਾਰਨੀ, ਸਪੀਡ ਵੈਸੇ ਵੀ ਅੱਛੀ ਨਹੀਂ ਹੈ, ਆਰਾਮ ਸਕੂਨ ਨਾਲ ਗੱਡੀ ਚਲਾਇਆ ਕਰੋ।
ਤੇ ਇਹੋ ਜਿਹੀਆਂ ਰੋਡਾਂ ਹੋਣ ਜਿਹੜੀਆਂ ਸਿੰਗਲ ਰੋਡਾਂ ਨੇ ਸਪੈਸ਼ਲੀ, ਉਹਨਾਂ 'ਤੇ ਬਹੁਤ ਜ਼ਿਆਦਾ ਇਹਤਿਆਤ ਕਰਨੀ ਹੈ। ਇੱਕ ਮਿੰਟ, ਇਹ ਬੰਦੇ ਫਿਰਨ ਲੱਗੇ ਨਾ, ਵੇਖੇ ਇੰਜੋਏ ਕਰ ਰਹੇ ਲਾਈਫ ਨੂੰ। ਇਹ ਗੱਡੀ ਖਿਲਾਈ ਨੇ ਨਾ, ਇਹ ਤੱਕੋ ਕੁੱਤੇ ਵੀ ਨਾਲ ਰੱਖੇ ਨੇ ਬੜੇ ਬੜੇ ਵੱਡੇ। ਮੈਂ ਤਾਂ ਕੁੱਤਿਆਂ ਨੂੰ ਵੇਖ ਕੇ ਵੈਸੇ ਹੀ ਨੱਸ ਜਾਂਦਾ। ਕੁੱਤੇ ਦਾ ਬੱਚਾ ਵੀ ਕਦੇ ਹੋਵੇ ਨਾ ਤਾਂ ਮੈਂ ਭਾਈ ਜੀ ਨੱਸ ਜਾਂਦਾ। ਇਹ ਵੇਖੋ ਭਿੱਡਾਂ, ਭਿੱਡਾਂ ਵੀ ਚੁਗ ਰਹੀਆਂ ਨੇ, ਨਜ਼ਰ ਆ ਰਹੀਆਂ ਨੇ। ਇਹ ਵੇਖੋ ਕੁਝ ਤਾਂ ਇਹ ਰੋਡ 'ਤੇ ਵੀ ਚੜਾਈਆਂ ਨੇ। ਇਸ ਸਾਈਡ 'ਤੇ ਬੋਨ ਨਾਲਾ, ਇੱਕ ਸੈਕਿੰਡ ਵੀ ਮੈਂ ਤੁਹਾਨੂੰ ਵਿਖਾ ਦਿਓ। ਇਹ ਵੇਖੋ ਥੱਲੇ ਕਿਤਨੀ ਗਰੀਨਰੀ ਹੈ, ਜ਼ੂਮ ਕਰਕੇ ਵਿਖਾਉਂਦਾ ਤੁਹਾਨੂੰ। ਥੱਲੇ ਛਾਂ ਹੈ ਨਾ, ਅਤੇ ਉਸ ਤਰ੍ਹਾਂ ਨਜ਼ਰ ਨਹੀਂ ਆ ਰਿਹਾ। ਲੋਕਾਂ ਦੇ ਮਕਾਨ ਵੇਖੋ, ਫਾਰਮ ਹਾਊਸ ਬਣੇ ਨੇ ਕਿਤਨੇ ਖੂਬਸੂਰਤ। ਇਹ ਭਿੱਡਾਂ ਚੈੱਕ ਕਰੋ, ਰੋਡ 'ਤੇ ਆਈਆਂ ਨਾ। ਇਹ ਵੇਖੋ ਇਸ ਤਰ੍ਹਾਂ, ਇਹ ਵੇਖੀਏ, ਇਹ ਵੇਖੋ ਆਪਣੀ ਮੌਜ ਮਸਤੀ 'ਚ ਨੇ। ਇਹਨਾਂ ਨੂੰ ਦੁਨੀਆਂ ਨਾਲ ਕੋਈ ਗਰਜ਼ ਨਹੀਂ, ਚੰਗੀ ਗੱਲ ਹੈ। ਨਾਲ ਨਿੱਕੇ ਨਿੱਕੇ ਮੇਮਨੇ ਜੇ ਵੀ ਹੈ ਨੇ। ਇੱਥੇ ਗੱਡੀ ਖਿਲਾ ਕੇ ਥੋੜ੍ਹੀ ਜਿਹੀ ਵੀਡੀਓ ਬਣਾ ਨਾ ਭਿੱਡਾਂ ਦੀ, ਕਿ ਰਹਿਣ ਦਿਓ। ਚਲੋ ਫਿਰ ਨੈਕਸਟ ਟਾਈਮ ਤੁਹਾਨੂੰ ਵਿਖਾ ਦਿਆਂਗਾ, ਕੋਈ ਗੱਲ ਨਹੀਂ। ਗੱਡੀ ਖਿਲਾਉਣ ਦੀ ਇੱਥੇ ਕੋਈ ਖਾਸ ਜਗ੍ਹਾ ਨਹੀਂ ਹੈ, ਨੈਕਸਟ ਟਾਈਮ ਸੀ। ਇਹ ਤੁਹਾਡੇ ਨਾਲ ਵਾਅਦਾ ਰਿਹਾ, ਨੈਕਸਟ ਟਾਈਮ ਤੁਹਾਨੂੰ ਪ੍ਰੋਪਰ ਭਿੱਡਾਂ ਵਿਖਾਵਾਂਗੇ, ਸਾਰੀਆਂ ਵੱਡੀਆਂ ਨਿੱਕੀਆਂ ਜਿਤਨੀਆਂ ਵੀ ਹਨ। ਹੁਣ ਸਾਹਮਣੇ ਪੈ ਰਿਹਾ ਸੂਰਜ, ਅਤੇ ਰਿਫਲੈਕਸ਼ਨ ਪੈ ਰਹੀ ਹੈ ਗੱਡੀ ਦੀ ਸਕਰੀਨ 'ਤੇ, ਅਤੇ ਹੋ ਸਕਦਾ ਤੁਹਾਡਾ ਜਿਹੜਾ ਵਿਊ ਹੈ ਉਹ ਸਹੀ ਨਾ ਆਵੇ। ਚੈੱਕ ਕਰੋ, ਕਿਆ ਬਾਤ ਹੈ, ਕਿਆ ਬਾਤ ਹੈ ਜੀ, ਵਾਓ। ਇੱਥੇ ਮੈਂ ਗੱਡੀ ਖਿਲਾਉਂਦਾ, ਜਗ੍ਹਾ ਹੈ, ਇੱਥੋਂ ਮੈਂ ਤੁਹਾਨੂੰ ਕੋਈ ਥੋੜ੍ਹਾ ਜਿਹਾ ਨਾ ਨਜ਼ਾਰਾ ਕਰਾਉਂਦਾ। ਇੱਕ ਸੈਕਿੰਡ, ਗੱਡੀ ਮੈਨੂੰ ਪਾਰਕ ਕਰਨ ਦਿਓ। ਐ ਤਾਂ ਖੱਡੇ ਨੇ ਬੜੇ, ਪਰ ਚਲੋ ਕੋਈ ਨਹੀਂ, ਤੁਹਾਡੀ ਖਾਤਰ ਮਨਜ਼ੂਰ ਹੈ। ਗੱਡੀ ਪਾਰਕ ਕਰ ਲਈ, ਹੁਣ ਐ ਵੇਖੋ ਜ਼ਰਾ, ਕਿਆ ਬਾਤ ਹੈ। ਐ ਚੈੱਕ ਕਰੋ, ਜ਼ੂਮ ਕਰਦਾ, ਜ਼ੂਮ ਕਿਆ ਬਾਤ ਹੈ। ਇਹ ਯੂਕੇ ਦੇ ਨਜ਼ਾਰੇ ਵੇਖੇ ਨੇ, ਚੈੱਕ ਕਰੋ। ਇਹ ਆਈ ਥਿੰਕ ਸੋ ਥੱਲੇ ਓਕਸਨ ਹੋ ਪਏ, ਐ ਲਾ ਉੱਧਰ ਜਾਓ ਅਗਰ ਉਸ ਉੱਤੇ, ਤਾਂ ਉਹ ਆ ਉੱਥੇ, ਠੀਕ ਹੈ। ਇਸ ਨੂੰ ਮੈਂ ਜ਼ੂਮ ਇਨ ਕਰਕੇ ਨਾ
ਇਹ ਵੇਖੋ, ਅਤੇ ਹੁਣ ਮੈਂ ਰੋਡੋ ਰੋਡ ਇਸ ਰੋਡ 'ਤੇ ਜਾਣਾ, ਮੈਂ ਗੱਡੀ ਮੇਰੀ ਹੈ ਪਾਰਕ ਹੈ। ਇਹ ਪਿੱਡਾਂ ਵੀ ਚੁਗ ਰਹੀਆਂ ਨੇ, ਪਿੱਡਾਂ ਮੈਂ ਤੁਹਾਨੂੰ ਵਿਖਾ ਹੀ ਦਿੰਦਾ ਥੋੜ੍ਹੀਆਂ ਜਿਹੀਆਂ, ਗਿੱਲਾ ਨਾ ਕਰੋ, ਜ਼ੂਮ ਕਰਕੇ। ਇਹ ਵੇਖੋ ਲੱਗੀਆਂ ਨੇ ਚੁਗਣ। ਹਾਂਜੀ, ਹੁਣ ਚਲੀਏ ਗੱਡੀ ਨੂੰ ਚਾੜੀਏ ਰੋਡ 'ਤੇ, ਅਤੇ ਥੋੜ੍ਹਾ ਹੀ ਜੀ ਥੋੜ੍ਹੀ ਜਿਹੀ ਹੋਰ ਵੀਡੀਓ ਮੈਂ ਬਣਾਉਂਦਾ। ਬਹੁਤ ਸਾਰਾ ਅਗਰ ਤੁਹਾਨੂੰ ਵਿਊ ਵਿਖਾਇਆ ਨਾ ਤਾਂ ਬਹੁਤ ਲੰਬੀ ਹੋ ਜਾਣੀ ਹੈ ਵੀਡੀਓ, ਅਤੇ ਬਾਅਦ 'ਚੋਂ ਆਵਾਂਗੇ ਕਿਸੇ ਦਿਨ ਹੋਰ। ਬਾਕੀ ਜਿਹੜੇ ਇੱਥੇ ਸੋਹਣੇ ਸੋਹਣੇ ਏਰੀਏ ਨਾ, ਖੂਬਸੂਰਤ ਜੀ ਕੰਟਰੀ ਸਾਈਡ ਜਿਹੜੀ ਹੈ, ਉਹ ਵੀ ਇਨਸ਼ਾਅੱਲਾ ਵੀਡੀਓ ਬਣਾਵਾਂਗੇ ਅਤੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਇਹ ਕੋਈ ਟਾਵਰ ਲੱਗੇ ਆ ਮੇਰੇ ਖਿਆਲ ਹੈ ਇੰਟਰਨੈੱਟ ਦਾ, ਪਤਾ ਨਹੀਂ ਕਿਹੜੀ ਕੰਪਨੀ ਦਾ। ਇਹ ਵੇਖੋ ਕਿਆ ਬਾਤ ਹੈ, ਇੱਥੋਂ ਉਹ ਬੁਨ ਰਿਜ਼ਰਵਾ ਬਣੇ ਪਾਣੀ ਦਾ ਡੈਮ ਜਿਸਨੂੰ ਕਹਿੰਦੇ ਹੋ, ਅਤੇ ਉਹ ਵੀ ਬੜਾ ਸੋਹਣਾ ਲੱਗ ਰਿਹਾ। ਪਰ ਹੁਣ ਪਤਾ ਕਿ ਨੈਕਸਟ ਟਾਈਮ ਹੀ ਹੁਣ ਜੇ ਜਗ੍ਹਾ ਜਗ੍ਹਾ ਖਿਲਾਣੀ ਸ਼ੁਰੂ ਕਰ ਦਿੱਤੀ ਨਾ ਗੱਡੀ, ਤਾਂ ਮੈਨੂੰ ਇੱਥੇ ਹੀ ਰਾਤ ਪੈ ਜਾਣੀ ਹੈ। ਓਹੋ ਸਾਹਮਣੇ ਇਹ ਤਿੱਤਰ, ਉਹ ਤਿੱਤਰ ਜਾਣ ਲੱਗੇ ਹੈ, ਉਹ ਇਹ ਤਿੱਤਰ ਗਿਆ ਹੁਣ ਸਾਹਮਣੇ, ਉਹ ਗੱਡੀ ਆ ਗਈ ਨਹੀਂ ਤਾਂ ਇੱਥੇ ਮੈਂ ਖਿਲਾ ਲੈਣੀ ਸੀ। ਤਿੱਤਰ ਗਏ, ਤਿੱਤਰ ਜ਼ਿੰਦਾ ਤਿੱਤਰ। ਸਾਈਡ 'ਤੇ ਕਰਨੀ ਪੈਣੀ ਹੈ, ਇਹ ਵੀ ਊਬਰ ਡਰਾਈਵਰ ਜਾ ਰਿਹਾ, ਇਸ ਵੀ ਜਾਬ ਚੁੱਕੀ ਹੈ। ਠੀਕ ਹੈ ਜੀ ਭਾਈ ਜੀ, ਲਓ ਜਾਬ ਅਤੇ ਵਾਪਸੀ ਤਾਂ ਖਾਲੀ ਆਉਣਾ ਤੁਸੀਂ, ਕਿਉਂਕਿ ਮੈਂ ਵੀ ਖਾਲੀ ਆ ਰਿਹਾ ਇੱਥੇ ਜੰਗਲ 'ਚ, ਕੇ ਲੱਭਣੇ ਤੁਹਾਨੂੰ ਵਾਪਸੀ 'ਤੇ ਤਾਂ ਕੱਖ ਨਹੀਂ। ਵਾਓ ਕਿਆ ਬਾਤ ਹੈ, ਕਿਆ ਹੀ ਬਾਤ ਹੈ, ਵੇਖ ਰਹੇ ਹੋ ਨਜ਼ਰ ਆ ਰਿਹਾ, ਹਾਏ 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 ਕੁਦਰਤ, ਐਸੀ ਐਸੀ ਨਿਮਤ, ਐਸੀ ਐਸੀ ਖੂਬਸੂਰਤੀ ਪੈਦਾ ਕੀਤੀ ਹੈ ਨਾ ਰੱਬ ਸੋਹਣੇ ਦੀ ਜ਼ਾਤ ਨੇ, ਤਾਂ ਕਿ ਅੱਖਾਂ ਜਿਹੜੀਆਂ ਨੇ ਨਾ ਤੰਗ ਰਹਿ ਜਾਂਦੀਆਂ ਨੇ। ਵੈਸੇ ਓਰਿਜਨਲ ਅਗਰ ਤੁਸੀਂ ਵੇਖ ਰਹੇ ਹੋਵੋ ਨਾ ਤਾਂ ਉਹ ਖੂਬਸੂਰਤੀ ਹੋਰ ਹੀ ਤੁਹਾਨੂੰ ਨਜ਼ਰ ਆਉਣੀ ਹੈ, ਕੈਮਰੇ ਦੀ ਅੱਖ ਜਿਹੜੀ ਹੈ ਨਾ ਉਹ ਚੀਜ਼ ਕੈਪਚਰ ਨਹੀਂ ਕਰ ਸਕਦੀ। ਫਿਲਹਾਲ ਇਸ ਰੋਡ ਦੇ ਐਂਡ ਤੱਕ ਮੈਂ ਵੀਡੀਓ ਬਣਾਉਂਦਾ, ਅੱਗੇ ਕੋਈ ਹੋਰ ਜਗ੍ਹਾ ਆਈ ਤਾਂ ਥੋੜ੍ਹੀ ਜਿਹੀ ਬਣਾ ਲਵਾਂਗਾ, ਲੇਕਿਨ ਇਸ ਰੋਡ ਦੇ ਐਂਡ ਤੱਕ ਮੇਰਾ ਤੁਹਾਡਾ ਸਾਥ ਹੈ, ਅਤੇ ਇਨਸ਼ਾਅੱਲਾ ਜ਼ਿੰਦਗੀ ਲਈ ਤਾਂ ਫਿਰ ਇੱਕ ਕਿਸੇ ਸੋਹਣੀ ਜਿਹੀ ਜਗ੍ਹਾ ਗਏ ਹਾਂ ਤਾਂ ਫਿਰ ਬਣਾਵਾਂਗੇ ਵੀਡੀਓ। ਅਤੇ ਹੁਣ ਦੁਆ ਕਰਦਾ ਕਿ ਜਿੱਥੇ ਵੀ ਹੋ ਹੱਸਦੇ ਰਹੋ, ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਸੋਹਣਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਵੀਡੀਓ ਮੇਰੀ ਨੂੰ ਲਾਈਕ ਵੀ ਕਰ ਦੇਵੇ ਪਲੀਜ਼ ਜੇ ਟਾਈਮ ਹੋਇਆ ਤਾਂ ਇਨਸ਼ਾਅੱਲਾ ਜ਼ਿੰਦਗੀ ਰਹੀ ਤਾਂ ਫਿਰ ਮੁਲਾਕਾਤ ਹੋਏਗੀ ਰੱਬ ਸੋਹਣੇ ਦੇ ਵਾਲੇ।